ਗੱਲ ਸਰਦਾਰ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਬਲਵੰਤ ਸਿੰਘ ਮਾਨ ਨੂੰ ਕੀ ਕਹਿ ਰਹੇ ਸੀਗੇ ਉਹ ਕਹਿ ਰਹੇ ਸੀਗੇ ਪਾਗਲ ਜਿਹਾ ਸੁਖਬੀਰ ਬਾਦਲ ਨੂੰ ਪੁੱਛਣਾ ਚਾਹੁੰਦਾ ਤੇਰੇ ਰਾਜ ਦੇ ਵਿੱਚ ਤੇਰੇ ਬਾਪ ਦੇ ਰਾਜ ਦੇ ਵਿੱਚ ਕਿੱਸਾ ਪੰਜਾਬ ਚ ਨਸ਼ਿਆਂ ਦਾ ਸੇਵਾ ਦਰਾਜ ਕਿਉਂ ਸ਼ੁਰੂ ਕੀਤਾ ਸਾਰੇ ਪੰਜਾਬ ਚ ਕੈਸ ਕੌਣ ਲੱਗ ਗਿਆ ਸਰ ਪੰਜਾਬ ਦੇ ਕਿਸਾਨਾਂ ਨੂੰ ਖੁਦ ਕਸ਼ਕੇ ਲੈ ਲਾ ਕਿਵੇਂ ਪਾਇਆ ਸਾਡੀ ਸੱਤਾ ਦੇ ਰਾਜ ਵਿੱਚ ਮੇਰੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀਆਂ ਕੈਦ ਵੀ ਹੋਈਆਂ ਸਾਡੇ ਰਾਜ ਦੇ ਵਿੱਚ ਨੌਜਵਾਨਾਂ ਨੂੰ ਕੋਈ ਸ਼ਹੀਦ ਕੀਤਾ ਗਿਆ ਪੰਜਾਬ ਦੀ ਆਮ ਆਦਮੀ ਪਾਰਟੀ ਦਾ ਪ੍ਰਧਾਨ ਸੀਗਾ ਇੱਕ ਪਾਸੇ ਤੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਪ੍ਰਧਾਨ ਸੀਗਾ ਤੇਰੇ ਕਿੰਨੇ ਆ ਤੇਰੇ ਤਿੰਨ ਐਮਐਲਏ ਤਿੰਨ ਐਮਐਲਏ ਕੋਲ ਸਕੂਟਰ ਦਾ ਲਾ ਕੇ ਚੱਲਦੇ ਦਿੱਕਤ ਕਰਦੇ ਨੇ ਸਰਦਾਰ ਸੁਖਬੀਰ ਸਿੰਘ ਜੀ ਸਾਡੀ ਸਰਕਾਰ ਨੇ ਪੰਜਾਬ ਨੂੰ ਕੱਚੇ ਦੀ ਥਾਂ ਦੇ ਵਿੱਚ ਰੱਖਿਆ ਤੇਰੇ ਤੇ ਤੇਰੇ ਬਾਪ ਦੇ ਨਾਲ ਸਮੇਤ ਸੈਣੀ ਅਲਹਾਲ ਆਉਣ ਬੰਦੇ ਫਿਰਦੇ ਰਹੇ ਤੇ ਕਹਿੰਦੇ ਕਹਿ ਰਹੇ ਸੀ ਇੱਕ ਸਰਦਾਰ ਬੇਅੰਤ ਸਿੰਘ ਸੀ ਇੱਕ ਬਰਨਾਲਾ ਸਾਹਿਬ ਸਨ ਇੱਕ ਕਹਿੰਦੇ ਆਹ ਮੁੱਖ ਮੰਤਰੀ ਹੈ ਪਾ ਦਿੰਦੇ ਬੇਅੰਤ ਸਿੰਘ ਕੌਣ ਸੀ ਸਭ ਦੁਨੀਆਂ ਨੂੰ ਪਤਾ ਪੰਜਾਬ ਦੇ ਮੁੰਡਿਆਂ ਨੂੰ ਝੂਠੇ ਕੁਛ ਬਰਨਾਲਾ ਦੇ ਕਿਹਦੇ ਨਾਲ ਆ ਸਭ ਬੰਦਿਆਂ ਨੂੰ ਪਤਾ ਕਾਲੀ ਗਲਤ ਪ੍ਰਦਰਸ਼ਨ ਸਰਦਾਰ ਸੁਖਬੀਰ ਸਿੰਘ ਬਰਨਾਲਾ ਨੇ ਕੀਤਾ ਕਿੰਨਾ ਦੀਆਂ ਸਿਫਤਾਂ ਕਰਦੇ ਆਪਣੇ ਵੱਲ ਸੋਚੋ ਸਰ ਸਰਦਾਰ ਸੁਖਬੀਰ ਸਿੰਘ ਕਹਿੰਦੇ ਸ਼ੀਸ਼ਾ ਪਾ ਕੇ ਆਪਣੀ ਸ਼ਕਤ ਵੇ ਪਾਗਲ ਕੁਮਾ ਕੇ ਫੋੜੇ ਕੀ ਸਾਹ ਤੋ ਤੇਰੀ ਫੋਟੋ ਲਾ ਕੇ ਸੁਖਬੀਰ ਬਾਦਲ ਨੂੰ ਭੇਜੋ ਜਿਹੜਾ ਕਹਿੰਦਾ ਮੇਰਾ ਬੜਾ ਦਿਮਾਗ ਸਜੀ ਹੈ ਮੈਂ ਕਿਹਾ 30 ਸਾਲਾਂ ਤੋਂ ਹੀ ਉਹਦਾ ਲੀਡਰ ਇੱਥੇ ਅਸੀਂ ਕਿਸੇ ਦਾ ਬੈਠੇ ਜੇ ਫੋਟੋਆਂ ਲਾ ਕੇ ਐਸੇ ਮਿਲਦੀਆਂ ਫੋਟੋਆਂ ਲਾ ਕੇ ਸੁਖਬੀਰ ਸਿੰਘ ਬਾਦਲ ਨੂੰ ਭੇਜੋ ਨਾਲ ਉਹਨੂੰ ਕਹੋ ਕਿ ਤੂੰ ਪਾਗਲ ਹੈ ਪੰਜਾਬ ਦੇ ਲੋਕ ਪਾਗਲ ਨੇ ਕੌਣ ਪਾਗਲ ਹੈ ਆ ਦੇਖ ਕੇ ਮੈਂ ਦਿਖਾ ਦੇ ਇੱਥੇ ਹੋਵੇ ਕੱਲ ਸਰਦਾਰ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਇਤਿਹਾਸ ਵਿੱਚ ਸਭ ਤੋਂ ਅੰਦਰ ਪਹਿਲੇ ਮੁੱਖ ਮੰਤਰੀ ਸਰਦਾਰ ਬਲਵੰਤ ਸਿੰਘ ਮਾਨ ਨੂੰ ਕੀ ਕਹਿ ਰਹੇ ਸੀਗੇ ਉਹ ਕਹਿ ਰਹੇ ਸੀਗੇ ਪਾਗਲ ਜਿਹਾ ਸਰਦਾਰ ਸੁਖਬੀਰ ਸਿੰਘ ਜੀ ਮੈਂ ਪਿੱਛੇ ਵੱਲ ਪਿੰਡ ਦੇ ਵਿੱਚ ਖੜਾ ਇਸ ਪਿੰਡ ਦਾ ਤਰਜਾ ਤੁਹਾਡਾ ਆਗੂ ਤੁਹਾਡੇ ਐਸ ਜੀ ਪੀ ਸੀ ਦਾ ਮੈਂਬਰ ਐਸ ਜੀ ਪੀ ਸੀ ਦੇ ਕਈ ਅਹੁਦਿਆਂ ਦੇ ਨਿਯੁਕਤ ਦੇ ਸਰਦਾਰ ਸੁਖਬੀਰ ਸਿੰਘ ਪਿੱਛੇ ਵੱਲ ਇਹ ਤੁਹਾਡੇ ਪਿੰਡ ਦੇ ਅਕਾਲੀ ਲੀਡਰ ਦਾ ਪਿੰਡ ਹੈ ਤੁਸੀਂ ਕਹਿ ਰਹੇ ਹੋ ਕਿ ਭਗਵਾਨ ਕੌਣ ਪਾਗਲ ਜਿਹਾ ਸਰਦਾਰ ਸੁਖਬੀਰ ਸਿੰਘ ਤੇਰੇ ਪਿੰਡ ਦੇ ਅਕਾਲੀ ਲੀਡਰ ਦੇ ਪਿੰਡ ਵਿੱਚ ਖੜਾ ਜਿੱਥੇ ਨਾ ਸਕੂਲ ਹੈ ਜਿੱਥੇ ਨਾ ਡੰਗਰਾਂ ਦਾ ਹਸਪਤਾਲ ਹੈ ਜਿੱਥੇ ਲੋਕ ਕਹਿੰਦੇ ਬੱਸ ਸਟੈਂਡ ਚਾਹੀਦਾ ਜਿੱਥੇ ਲੋਕ ਕਹਿੰਦੇ ਸਟੇਡੀਅਮ ਚਾਹੀਦਾ ਜਿੱਥੇ ਲੋਕ ਕਹਿੰਦੇ ਛੱਪੜ ਦੇ ਪਾਣੀ ਦਾ ਪ੍ਰਬੰਧ ਕਰੋ ਮੈਨੂੰ ਦੁੱਖ ਹੋਇਆ ਇਹ ਧਿਆਨ ਦੇਣ ਦਾ ਮੈਨੂੰ ਕੋਈ ਗੱਲ ਨੀ ਸਾਨੂੰ ਜੋ ਮਰਜ਼ੀ ਕਹਿਣ ਸਰਦਾਰ ਬਲਵੰਤ ਸਿੰਘ ਮਾਨ ਨੂੰ ਉਹਦੀ ਪਾਰਟੀ ਨੂੰ ਉਹਦੀ ਅਗਵਾਈ ਵਿੱਚ ਸਰਦਾਰ ਸੁਖਬੀਰ ਸਿੰਘ 92 ਐਮਐਲਏ ਦਿੱਤੇ ਆ 65 ਲੱਖ ਤੋਂ ਵੱਧ ਵੋਟ ਪਈ ਹੈ 92 ਐਮਐਲਏ ਸਰਦਾਰ ਬਲਵੰਤ ਸਿੰਘ ਮਾਨ ਦੀ ਗੱਲ ਕਰਦੇ ਆ ਇੱਕ ਪਾਸੇ ਉਹ ਪੰਜਾਬ ਦੀ ਆਮ ਆਦਮੀ ਪਾਰਟੀ ਦਾ ਪ੍ਰਧਾਨ ਸੀਗਾ ਇੱਕ ਪਾਸੇ ਤੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਪ੍ਰਧਾਨ ਸੀਗਾ ਤੇਰੇ ਕਿੰਨੇ ਆ ਤੇਰੇ ਤਿੰਨ ਐਮਐਲਏ ਤਿੰਨ ਐਮਐਲਏ ਕੋਲ ਸਕੂਟਰ ਦਾ ਲਾ ਕੇ ਚੱਲਦੇ ਦਿੱਕਤ ਕਰਦੇ ਨੇ ਪਹਿਲਾ ਤੇਰੇ ਰਾਜ ਦੇ ਵਿੱਚ ਸਰ ਮੇਰੀ ਗੱਲ ਧਿਆਨ ਨਾਲ ਸੁਣਿਓ ਮੈਂ ਇਸ ਪਿੰਡ ਵਿੱਚ ਸੁਖਬੀਰ ਬਾਦਲ ਨੂੰ ਪੁੱਛਣਾ ਚਾਹੁੰਦਾ ਤੇਰੇ ਰਾਜ ਦੇ ਵਿੱਚ ਤੇਰੇ ਬਾਪ ਦੇ ਰਾਜ ਦੇ ਵਿੱਚ ਕਿੱਸਾ ਪੰਜਾਬ ਚ ਨਸ਼ਿਆਂ ਦਾ ਸੇਵਾ ਦਰਾਜ ਕਿਉਂ ਸ਼ੁਰੂ ਕੀਤਾ ਸਾਰੇ ਪੰਜਾਬ ਚ ਕੈਸ ਕੌਣ ਲੱਗ ਗਿਆ ਸਰ ਪੰਜਾਬ ਦੇ ਕਿਸਾਨਾਂ ਨੂੰ
ਬੋਲੀਏ ਤੇ ਮੰਗ ਪੂਰੀ ਕਰਾਂਗੇ ਬਸ ਵੇਖ ਥੋੜਾ ਜਿਹਾ
شروع ہویا تاتے سارے کام چنگے بھی ہیں او میں اٹھا لگا سیا شامل سو کہتا ہے جی آپ کو دارے پیلوں میں کرا گئے میں کہا یہ کہا دے ساتھا کام بھی پیلا ہوں گا اس کو کام نہیں کوئی چکر نہیں سو میں تاہاں کہنا ہے اٹھے ہم آج بھی پارٹی صدار پر وانسر مہاں میں سرکار جنہیں پنجاب کو رنگلا پنجاب بڑھاؤں گا تحیہ کیتا رنگلا پنجاب پنڈا میں تمہارا ہے پنڈ دے رہا یہ سے پنجاب اصلا ہے پنڈا کو ٹھیک کرنا ہے ایک اب پنڈا کو ٹھیک کرنا ہے ساڑی ڈیوٹی ہے اس لیے میں پنڈا دے شہر آنے کے سہولتا دے رہی ہے وہ دے رہی ہے اور دمانے کوئی سکر نہیں آپ کو کریں گے جنہیں جو کہ وہ آپ کو کریں گے آپ کا تیر تک میں وہ دیر نہیں اٹھیا کہ آپ کو پہر دیتا ہم نے اس پیلی کو ٹھیک کرنا یہ پیلی کو ٹھیک کرنا اس کے لیے کیوں ہی ہے دیتے کالی سے آت بڑی ہوئی کہتے سکرار گیا صاحب نے بڑی سے آت کی تھی بیر سمنا نے بڑی سے آت کی تھی اور پیلی کا بڑی آتی کوشش دی پیلی سے یہ ہی چیزہ نہیں ہاتھ دیا جبھی تو انسان کی تھی ہے یہ سب پیلی سے کی ہے پیلے سے گھر دیا سو میں تعلق مشوار ہو رہا ہے کہ میرا اپنا پیلتا ہے میری پہندہ پیلتا ہے یہ ساری پہندہ کھا رہا ہے صدا صاحب جی سے بولی اپنے جگہ دیسی ہے ہوتا ہے سوئیتے بھی ہوڑ گئے کہ کلیم بنیا کوئی صرف پیلتا بھانے وہ جتے بھی ہوڑ گئے کوئی چکتے بھی جو کسی مندو ہوگی سب تاڑا پینٹو دیاں گے تاڑا پینٹ ہی کر دے گیاں گے تاڑا سٹیڈیم بڑھا گے سب تو پہلا سٹیڈیم جنگلہ دا ہسپتال وہ بڑھا گے تاڑا باسٹر دیڑا وہ بڑھا گے تیرنی چیزیاں جڑی ہے سب تو پہلا ایسے ساتھ میں نا پنجاب کا بلانٹ ہوں گا ایسے ساتھ دیڑے اب پاس تیرنی چیزیاں پورے کریں گے ویڈیو بھی لگا لکے میں تحضر پیلتا جیڑا چھپڑا مسئلہ ہے تیری حال کا دے تیرے میں اپا تیرا بھی کوئی نہ کوئی مسئلہ لگا اس پیلی دوں جگہ گندے پانی دوں جانا ساڑھے کئی جھوٹی ہے سو میں اسی ایڈی گنتی ہے چاہے تیرے پڑا اسی انمان سے مان کیتا بابا تعلیم شوہد ہونا چونہ اپنے مان جو موت بنتی ہو دو کہ ایسی اچھے ہر پیلتا نقشہ بدلنا ہے شہروں میں نقشہ بدلنا ہے اپنے مڑیاں میں نوکریاں دے لیے نشے پانٹ کرنے ہیں یہ سبھی سلطان کا دیڑا وہ پہلا تحیہ ہے سو میں تحانی سارے اس کے اللہ مجھوار جوڑ دیں سر اتنی جو رہنا جو پکڑا جاتے ہیں وہ کہنے پانی والی ٹینکی بند ہوئی تیس سال تو تیری فوٹو لا کے سکرین بہت نہیں پڑ جو میرا کہتا میرا بڑا تو باہر چلی ہے میں کہا تیرہ سال بند ہوئی میرا لیڈر ہے تیرے کی پیسی کا بیٹھ ہوئی یہ فوٹو لا کے ایسے بھی دیا فوٹوان آکے سکبیر سے بہادر